ਜਿੰਦਾਬਾਦ ਸਾਡੀ ਭਾਸ਼ਾ ਉੱਤੇ ਰੱਖ ਸਾਡੀ ਭਾਸ਼ਾ ਉੱਤੇ ਰੱਖ ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ। ਰੁੜਕੀ ਖਰੜ ਦੇ ਨੇੜੇ ਰੁੜਕੀ ਹੈ, ਉੱਥੋਂ ਦੀ ਖਬਰ ਹੈ। ਪਿਛਲੇ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਬਹੁਤ ਜ਼ਿਆਦਾ ਵਿਵਾਦ ਮਚਿਆ ਸੀ। ਉਸ ਵਿਵਾਦ ਤੋਂ ਬਾਅਦ ਗੁਰਦਾਸ ਮਾਨ ਸੁਰਖੀਆਂ ਵਿੱਚ ਆਏ ਔਰ ਜੋ ਸ਼ਖਸ ਉਹਨਾਂ ਦੇ ਪੱਖ ਵਿੱਚ ਆਏ ਕਿਤੇ ਨਾ ਕਿਤੇ ਉਹ ਵੀ ਲੋਕਾਂ ਦੇ ਮਤਲਬ ਨਜ਼ਰ ਦੇ ਵਿੱਚ ਆਏ ਔਰ ਬਹੁਤ ਸਾਰਾ ਵਿਰੋਧ ਹੋਇਆ ਔਰ ਬਹੁਤ ਸਾਰਿਆਂ ਨੇ ਹੱਕ ਵਿੱਚ ਉਸਦਾ ਪ੍ਰਚਾਰ ਕੀਤਾ। ਲੇਕਿਨ ਦੋਸਤੋ, ਇੱਕ ਗੱਲ ਬੜੀ ਸੀਰੀਅਸ ਹੈ। ਅੱਜ ਸਾਡੇ ਨਾਲ ਖਰੜ ਤੋਂ ਜਿਹੜੇ ਵੀਰ ਦੀਦਾਰ ਸਿੰਘ ਜੀ ਜੁੜੇ ਨੇ, ਉਹਨਾਂ ਨੇ ਕੁਛ ਇੱਕ ਵੀਡੀਓ ਭੇਜੀਆਂ ਕਿ ਬਾਕੀ ਪੰਜਾਬੀ 'ਤੇ ਰੌਲਾ ਪਾਉਣ ਵਾਲੇ ਤਾਂ ਠੀਕ ਹੈ ਕਿ ਟੋਲ ਪਲਾਜ਼ਾ ਦੇ ਉੱਪਰ ਅਜੇ ਵੀ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਹੀ ਰਾਸ਼ਟਰੀ ਮਾਰਗ ਬਕਾਇਦਾ ਤੌਰ 'ਤੇ ਅੰਗਰੇਜ਼ੀ ਔਰ ਹਿੰਦੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਲੋਕਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ। ਇਸ ਸੰਬੰਧ ਦੇ ਵਿੱਚ ਪੂਰੀ ਗੱਲਬਾਤ ਕਰਨ ਲਈ ਮੇਰੇ ਨਾਲ ਦੀਦਾਰ ਸਿੰਘ ਜੀ ਜੁੜ ਚੁੱਕੇ ਨੇ। ਉਹਨਾਂ ਤੋਂ ਅਪਡੇਟ ਲੈਂਦੇ ਹਾਂ ਔਰ ਉਹਨਾਂ ਤੋਂ ਪੁੱਛਦੇ ਕਿ ਜਿਸ ਟੋਲ ਪਲਾਜ਼ੇ ਦੀ ਉਹਨੇ ਨਿਊਜ਼ ਨੂੰ ਕਵਰ ਕੀਤਾ ਹੈ ਉਹ ਕਿਸ ਇਲਾਕੇ ਦਾ ਹੈ ਔਰ ਕਿਸ ਏਰੀਏ ਦਾ ਹੈ। ਦੀਦਾਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਦੀਦਾਰ ਸਿੰਘ ਜੀ। ਕੁਛ ਇੱਕ ਵੀਡੀਓ ਆਈਆਂ ਨੇ ਤੁਹਾਡੀਆਂ, ਇਹ ਕਿੱਥੋਂ ਦਾ ਟੋਲ ਪਲਾਜ਼ਾ ਹੈ ਔਰ ਪੰਜਾਬੀ ਭਾਸ਼ਾ 'ਤੇ ਬਹੁਤ ਵਿਵਾਦ ਹੋਇਆ, ਤੁਸੀਂ ਪਿਛਲੇ ਦਿਨ ਹੀ ਵੇਖਿਆ ਹੀ ਹੋਣਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਇਹ ਵੀਡੀਓ ਮਤਲਬ ਜਿਹੜੀ ਮੈਂ ਫੋਟੋ ਭੇਜੀ ਹੈ, ਸਾਨੂੰ ਵੀਡੀਓ ਭੇਜੀ ਹੈ ਸਰ, ਭਾਗੋ ਮਾਜਰਾ ਰੁੜਕੀ ਦੇ ਵਿਚਕਾਰ ਟੋਲ ਟੈਕਸ ਲੱਗਿਆ ਖਰੜ ਦੇ ਲਾਗੇ ਜੀ। ਜੀ ਲੁਧਿਆਣਾ ਰੋਡ, ਖਰੜ ਤੋਂ ਲੁਧਿਆਣਾ ਰੋਡ ਹੈ ਸਰ ਇਹ। ਜੀ ਹਾਂਜੀ ਸਰ, ਇੱਥੇ ਸਰ ਇੰਗਲਿਸ਼ ਔਰ ਹਿੰਦੀ ਲਿਖੀ ਹੋਈ, ਇੱਥੇ ਪੰਜਾਬੀ ਨਹੀਂ ਲਿਖੀ ਹੋਈ ਸਰ। ਮਤਲਬ ਹਿੰਦੀ ਔਰ ਅੰਗਰੇਜ਼ੀ 'ਚ ਲਿਖਿਆ ਹੋਇਆ ਆ? ਹਾਂਜੀ ਹਾਂਜੀ ਸਰ। ਔਰ ਪੰਜਾਬੀ ਭਾਸ਼ਾ ਨੂੰ ਲੈ ਕੇ ਤਾਂ ਪਿਛਲੇ ਦਿਨ ਹੀ ਦੇਖੋ ਗੁਰਦਾਸ ਮਾਨ ਵਰਗੇ ਕਲਾਕਾਰ ਜਿਹੜੇ ਸੀਗੇ ਉਹ ਵੀ ਕਿਤੇ ਨਾ ਕਿਤੇ ਵਿਵਾਦਾਂ ਵਿੱਚ ਆਏ ਨੇ। ਸਾਡੀ ਮਾਤ ਭਾਸ਼ਾ, ਸਾਡੀ ਇੱਜ਼ਤ ਹੈ ਪੰਜਾਬੀ ਭਾਸ਼ਾ। ਹਾਂਜੀ ਸਰ, ਸਰ ਜਿਹੜਾ ਗੁਰਦਾਸ ਮਾਨ ਨੇ ਸਿਰਫ ਅਜੇ ਬੋਲੇ ਹੀ ਸੀਗੇ ਆਪਣੇ ਕੁਛ ਮਤਲਬ ਲਫ਼ਜ਼ ਬੋਲੇ ਸੀਗੇ, ਪਰ ਇਹਨਾਂ ਨੇ ਸਰ ਟੋਲ ਟੈਕਸ ਵਾਲਾ ਇਹਨਾਂ ਦਾ ਕਰਕੇ ਹੀ ਦਿਖਾ ਦਿੱਤਾ ਜੀ। ਬਿਲਕੁਲ, ਇਹਨਾਂ ਨੇ ਸਿਰਫ ਲਿਖ ਕੇ ਦਿੱਤਾ ਜੀ। ਕੀ ਮਤਲਬ ਕਿਸੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਸੰਬੰਧ ਵਿੱਚ? ਹਾਂਜੀ ਸਰ, ਮੈਂ ਕੁਛ ਦਿਨ ਪਹਿਲਾਂ ਮਤਲਬ ਇੱਥੋਂ ਮਤਲਬ ਖਰੜ ਜਾ ਰਿਹਾ ਸੀਗਾ, ਮੈਂ ਸੀਯੂ ਚੋਂ ਜੀ, ਤੇ ਖਰੜ ਜਾ ਰਿਹਾ ਸੀਗਾ ਤੇ ਮੈਂ ਰਸਤੇ 'ਚ ਦੇਖਿਆ ਵੀ ਉੱਥੇ ਟੋਲ ਟੈਕਸ ਮਤਲਬ ਹਿੰਦੀ ਔਰ ਇੰਗਲਿਸ਼ ਲਿਖੀ ਹੋਈ, ਪੰਜਾਬੀ ਨਹੀਂ ਲਿਖੀ, ਤੇ ਮੈਂ ਉਦੋਂ ਹੀ ਰੁਕ ਗਿਆ। ਇੱਕ ਗਾਰਡ ਦੇ ਨਾਲ, ਮੇਰੀ ਸਕਿਉਰਟੀ ਗਾਰਡ ਦੇ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਮੈਨੂੰ ਉੱਥੇ ਸੁਪਰਵਾਈਜ਼ਰ ਖੜੇ ਸੀਗੇ, ਕਹਿੰਦਾ ਉਹਨਾਂ ਕੋਲੇ ਭੇਜ ਦਿੱਤਾ ਸੀਗਾ, ਦੋ ਚਾਰ ਉਹਨਾਂ ਤੋਂ ਉੱਪਰ ਵੀ ਅਫਸਰ ਖੜੇ ਸੀਗੇ। ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ, ਮੈਂ ਕਿਹਾ ਸਰ ਇੱਥੇ ਹਿੰਦੀ ਔਰ ਇੰਗਲਿਸ਼ ਲਿਖੀ ਹੈ ਤੇ ਪੰਜਾਬੀ ਨਹੀਂ ਲਿਖੀ। ਉਹ ਕਹਿੰਦੇ ਵੀ ਇਹ ਤਾਂ ਵੀ ਲਿਖਿਆ ਵੀ ਏਦਾਂ ਹੀ ਹੈ ਵੀ ਹੁਣ ਇਹ ਏਦਾਂ ਹੀ ਚੱਲੂਗਾ। ਮੈਂ ਕਿਹਾ ਠੀਕ ਹੈ ਸਰ, ਮੈਂ ਕਿਹਾ ਕਿਉਂ ਸਰ ਵੀ ਇੱਥੇ ਪੰਜਾਬ ਦੇ ਵਿੱਚ ਹੈ, ਨਾ ਕਿ ਹਰਿਆਣੇ ਦੇ ਵਿੱਚ ਆ, ਹਿਮਾਚਲ ਦੇ ਵਿੱਚ ਟੋਲ ਟੈਕਸ ਤਾਂ ਹੈ ਨਹੀਂ, ਬਿਲਕੁਲ ਪੰਜਾਬ ਦੇ ਵਿੱਚ ਲੱਗਿਆ ਸਰ। ਤੇ ਫਿਰ ਉਹ ਕਹਿੰਦੇ ਵੀ ਤੁਸੀਂ ਜੇ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਨੈਟ ਤੇ ਸਰਚ ਕਰੋ ਤੁਸੀਂ। ਮੈਂ ਕਿਹਾ ਸਰ ਕਿਹੜੀ ਕੀ ਸਰਚ ਕਰਾਂ? ਉਹਨਾਂ ਨੇ ਕੁਛ ਮਤਲਬ ਸਿੱਧੀ ਗੱਲ ਨਹੀਂ ਦੱਸੀ ਮੈਨੂੰ, ਤਾਂ ਤੁਸੀਂ ਨੈਟ ਤੇ ਸਰਚ ਕਰ ਲਓ ਤੇ ਉੱਥੇ ਹੀ ਨੰਬਰ ਲੈ ਲਓ, ਉਹਨਾਂ ਨਾਲ ਗੱਲਬਾਤ ਕਰ ਲਓ, ਦੋ ਚਾਰ ਦਿਨ ਦੇ ਵਿੱਚ ਜਾਂ 10 ਦਿਨ ਦੇ ਵਿੱਚ ਠੀਕ ਹੋ ਗਿਆ। ਠੀਕ ਹੈ, ਬਾਕੀ ਦੇਖ ਲਓ ਆਪ। ਅੱਛਾ ਠੀਕ ਹੈ ਸਰ। ਦੀਦਾਰ ਸਿੰਘ ਜੀ, ਜਿੱਦਣ ਇਹ ਨਿਊਜ਼ ਕਵਰ ਕੀਤੀ ਤੁਸੀਂ, ਉਸ ਗੱਲ ਨੂੰ ਕਿੰਨੇ ਦਿਨ ਹੋ ਚੁੱਕੇ ਨੇ? ਸਰ 5 ਕੁ ਦਿਨ ਹੋਏ ਆ, 5-6 ਦਿਨ ਹੋਏ ਆ ਜੀ। ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਕੀਤਾ ਉਸ ਗਾਰਡ ਦੇ ਨਾਲ ਵੀ, ਤੁਸੀਂ ਆਫੀਸਰਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਨਹੀਂ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਲੱਗਾ ਹੋਇਆ, ਇਸ ਦਾ ਨਾਮ ਪੰਜਾਬੀ ਵਿੱਚ ਲਿਖਿਆ ਜਾਵੇ?
ਹਾਂਜੀ ਸਰ, ਮੈਂ ਗਿਆ ਸੀਗਾ, ਫਿਰ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ। ਉਹ ਕਹਿੰਦੇ ਵੀ ਵੀ ਸਾਡੇ ਜਿਹੜੇ ਸੁਪਰਵਾਈਜ਼ਰ ਆ ਉਹਨਾਂ ਨਾਲ ਹੀ ਗੱਲ ਹੋਈ ਆ, ਵੀ ਮੇਰੀ ਮੈਂ ਤੇ ਉਹਨਾਂ ਨੂੰ ਵੈਸੇ ਮਿਲ ਲਿਆ ਸੀਗਾ ਸੁਪਰਵਾਈਜ਼ਰਾਂ ਨੂੰ। ਕੀ ਉਹਨਾਂ ਦਾ ਕੀ ਜਵਾਬ ਸੀ ਇਸ ਗੱਲ ਤੇ? ਸਰ ਉਹਨਾਂ ਦਾ ਕੋਈ ਜਵਾਬ ਨਹੀਂ ਸੀਗਾ, ਉਹ ਕਹਿੰਦੇ ਵੀ ਜਿੱਦਾਂ ਸਾਡੇ ਅਫਸਰ ਕਰਦੇ ਤਾਂ ਉਦਾਂ ਹੀ ਕਰਾਂਗੇ, ਵੀ ਸਾਡੀ ਤਾਂ ਡਿਊਟੀ ਹੈ, ਇਹੀ ਗੱਲ ਹੋਈ ਹੈ ਮੇਰੀ ਅਜੇ ਤਾਂ। ਬਿਲਕੁਲ ਦੀਦਾਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ। ਦੋਸਤੋ ਇੱਕ ਵਾਰੀ ਫਿਰ ਦੱਸ ਦਵਾਂ ਕਿ ਖਰੜ ਤੋਂ ਮੇਰੇ ਨਾਲ ਦੀਦਾਰ ਸਿੰਘ ਜੀ ਜੁੜੇ ਸਨ। ਪਿਛਲੇ ਦਿਨ ਇਹ ਜਾ ਰਹੇ ਸੀ ਔਰ ਅਚਾਨਕ ਇਹਨਾਂ ਨੇ ਦੇਖਿਆ ਕਿ ਟੋਲ ਪਲਾਜ਼ਾ ਦੇ ਉੱਪਰ ਅੰਗਰੇਜ਼ੀ ਔਰ ਹਿੰਦੀ ਦੇ ਵਿੱਚ ਹੀ ਲਿਖਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ, ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਣ ਦੇ ਨਾਤੇ ਟੋਲ ਪਲਾਜ਼ਾ ਦੇ ਉੱਪਰ ਜੋ ਵੀ ਬੋਰਡ ਲੱਗਾ ਹੋਇਆ ਰਾਸ਼ਟਰੀ ਮਾਰਗ ਦਾ, ਉਸ ਨੂੰ ਪੰਜਾਬੀ ਵਿੱਚ ਲਿਖਿਆ ਜਾਵੇ ਔਰ ਕਿੰਨਾ ਖੂਬਸੂਰਤ ਲੱਗੇਗਾ। ਪਰ ਇਹਨਾਂ ਦੀ ਗੱਲ ਨੂੰ ਅੱਗੇ ਟਾਲਿਆ ਗਿਆ, ਸਾਨੂੰ ਕੁਝ ਨਹੀਂ ਪਤਾ ਜੋ ਕਰਦੇ ਵੱਡੇ ਆਫਿਸਰ ਕਰਦੇ, ਔਰ ਸਾਡੀ ਇਸ ਖਬਰ 'ਤੇ ਪੂਰੀ ਨਜ਼ਰ ਹੈ। ਔਰ ਦੀਦਾਰ ਸਿੰਘ ਜੀ, ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ, ਤੁਸੀਂ ਦੁਬਾਰਾ ਫਿਰ ਜਾਣਾ ਔਰ ਉਹਨਾਂ ਕੋਲ ਸੰਪਰਕ ਨੰਬਰ ਲੈਣਾ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਤੇ ਇਸ ਖਬਰ ਨੂੰ ਲੈ ਕੇ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਨਿਕਲੇਗਾ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।